ਯਾਰਾਂ ਦੋਸਤਾਂ ਦੀ ਪਿਆਰ ਭਰੀ ਜਿੱਦ ਦੇ ਨਾਲ ਮੈਂ ਆਪਣੀ ਗਜ਼ਲਾਂ ਦੀ ਪੰਡ ਬੰਨੀ ਅਤੇ ਉਸ ਪੰਡ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਉਸ ਪੰਡ ਦਾ ਫੂੜੀ ਨਾਂ ਹੇਠ ਅਵਲੋਕਨ 12 ਫਰਵਰੀ 2022 ਨੂੰ ਕੀਤਾ। ਯਾਰਾਂ ਦੋਸਤਾਂ ਦੇ ਪਿਆਰ ਨਾਲ ਪੂਰੇ ਕੋਆਪਰੇਸ਼ਨ ਦੇ ਨਾਲ ਉਹ ਕਿਤਾਬ ਚੰਗੀ ਚਾਲ ਨਿਕਲੀ ਅਤੇ ਹਰ ਜਗ੍ਹਾ ਐਮਾਜ਼ੋਨ 'ਤੇ ਉਹ ਕਿਤਾਬ ਅਵੇਲੇਬਲ ਹੈ ਔਰ ਭਰਪੂਰ ਸੇਲ ਉਸ ਕਿਤਾਬ ਦੀ ਹੋ ਰਹੀ ਹੈ। ਦੋਸਤਾਂ ਦਾ ਪਿਆਰ ਇੰਨਾ ਮਿਲਿਆ ਕਿ ਦੋਸਤਾਂ ਨੇ ਉਸ ਕਿਤਾਬ ਦੇ ਨਾਲ ਰਿਲੇਟਡ ਟ੍ਰੇਲਰ ਨੂੰ ਅਤੇ ਉਸ ਬੁੱਕ ਰਿਲੀਜ਼ ਦੀ ਸਾਰੀ ਫਿਲਮ ਨੂੰ ਜੀ ਭਰ ਕੇ ਵੇਖਿਆ ਔਰ ਉਹ ਯੂਟਿਊਬ ਦੇ ਉੱਤੇ ਉਹ ਫਿਲਮ ਬਹੁਤ ਚੰਗੀ ਤਰ੍ਹਾਂ ਚੱਲ ਰਹੀ ਹੈ। ਔਰ ਮੈਨੂੰ ਉਮੀਦ ਹੈ ਕਿ ਦੋਸਤ ਯਾਰ ਇਹ ਮੇਰੀ ਕੋਸ਼ਿਸ਼ ਨੂੰ ਸਿਰੇ ਚੜ੍ਹਾਉਣ ਦੇ ਲਈ ਆਪਣਾ ਜਿੰਨਾ ਵੀ ਹੋ ਸਕੇਗਾ ਪਿਆਰ ਭਰਾ ਯੋਗਦਾਨ ਦੇਣਗੇ। ਮੈਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਅਤੇ ਅੱਗੇ ਤੋਂ ਵੀ ਸ਼ੁਕਰਗੁਜ਼ਾਰ ਰਹਾਂਗਾ। ਦੋਸਤਾਂ ਦੇ ਪਿਆਰ ਲਈ ਚੰਦ ਸ਼ਬਦ ਕਹਿ ਰਿਹਾ ਜਿਹੜੇ ਪਸੰਦ ਆਉਣਗੇ। ਤੁਰ ਤਾਂ ਪਿਆ ਵਾਂ ਪਰ ਕਿਧਰੇ ਕੁਝ ਪਤਾ ਨਹੀਂ, ਰਾਹਾਂ ਕਿੱਧਰ ਨੂੰ ਜਾਂਦੀਆਂ ਕੁਝ ਪਤਾ ਨਹੀਂ, ਇਹ ਰਾਹਾਂ ਕਿੱਧਰੋਂ ਆਉਂਦੀਆਂ ਕੁਝ ਪਤਾ ਨਹੀਂ, ਰਾਹਾਂ ਕਾਹਤੋਂ ਗੂੰਗੀਆਂ ਕੁਝ ਪਤਾ ਨਹੀਂ, ਕਾਹਤੋਂ ਸੁਨਮ ਸੁਨੀਆਂ ਕੁਝ ਪਤਾ ਨਹੀਂ, ਕਾਹੋਂ ਕਾਹਤੋਂ ਰੁੰਡ ਮਰੁੰਡੀਆਂ ਕੁਝ ਪਤਾ ਨਹੀਂ, ਕੋਈ ਮੀਲ ਪੱਥਰ ਕਦ ਆਏਗਾ, ਕੋਈ ਮੀਲ ਪੱਥਰ ਕਦ ਆਏਗਾ ਤੁਰਦੀ ਰਾਹ ਵਿਖਾਏਗਾ, ਕਿਸੇ ਦੂਜੇ ਜਹਾਨੇ ਪਹੁੰਚਾਏਗਾ ਕੁਝ ਪਤਾ ਨਹੀਂ, ਤੁਰ ਤਾਂ ਪਿਆ ਹਾਂ ਪਰ ਕਿਧਰੇ ਕੁਝ ਪਤਾ ਨਹੀਂ।